ਸਾਨੂੰ ਪਤਾ ਹੀ ਹੋਣਾ ਵਾ ਜਾਂ ਨਹੀਂ ਪਤਾ ਤੁਹਾਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਦੇ ਵਿੱਚ ਲੱਗ ਗਿਆ ਵਾ ਲੋਕਡਾਊਨ ਸਿੱਧਾ ਹੀ ਲੈਵਲ 4 ਔਰ ਕਿ ਸਿੱਧਾ ਛੱਕਾ ਮਾਰਿਆ ਗਵਰਨਮੈਂਟ ਨੇ ਤੇ ਕੋਈ ਵੀ ਨਾ ਰੋਵੇ ਪਰ ਉੱਥੇ ਪੇ ਵੀ ਨਹੀਂ ਕਰ ਸਕਦੀ ਇੰਡੀਆ ਯਾਰ ਗਵਰਨਮੈਂਟ ਜਿਹੜੀ ਹੈ ਯਾਰ ਬਹੁਤ ਪਾਪੂਲੇਸ਼ਨ ਹੈ ਕਿਹਨੂੰ ਕਿਹਨੂੰ ਪੇ ਕਰੂਗੀ ਬਿਮਾਰੀ ਨਾ ਹੀ ਆਵੇ ਰੱਬ ਕਰਕੇ ਚੱਲ ਜੇ ਮਸਾ ਮਸਾ ਮੈਨੂੰ ਲੱਗਦਾ ਸੀ ਫਲਾਈਟਾਂ ਖੁੱਲ੍ਹਣ ਲੱਗੀਆਂ ਸੀ ਨਿਊਜ਼ੀਲੈਂਡ ਦੀਆਂ ਫਿਰ ਕਰੋਨਾ ਆ ਗਿਆ ਫਿਰ ਸਭ ਕੁਛ ਬੰਦ ਹੋ ਗਿਆ Hey guys, Sasika ki hal hai? How are you? I hope you will be alright. ਸਾਨੂੰ ਪਤਾ ਹੀ ਹੋਣਾ ਵਾ ਜਾਂ ਨਹੀਂ ਪਤਾ ਤੁਹਾਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਦੇ ਵਿੱਚ ਲੱਗ ਗਿਆ ਵਾ ਲੋਕਡਾਊਨ ਸਿੱਧਾ ਹੀ ਲੈਵਲ 4 ਔਰ ਕਿ ਸਿੱਧਾ ਛੱਕਾ ਮਾਰਿਆ ਗਵਰਨਮੈਂਟ ਨੇ ਅਤੇ ਮੈਨੂੰ ਵੀ ਘਰ ਬੈਠੇ 3-4 ਦਿਨ ਹੋ ਗਏ ਆ ਅਤੇ ਨਾ ਮੈਂ ਕਿਤੇ ਜਾ ਸਕਦਾ ਨਾ ਵੀਡੀਓ ਬਣਾ ਸਕਦਾ ਕਿਤੇ ਵੀ ਇਸ ਕਰਕੇ ਬੋਰ ਹੋ ਗਿਆ ਘਰ ਬੈਠੇ ਸੋ ਗਵਰਨਮੈਂਟ ਨੇ ਇੱਕ ਸਿਰਫ ਉਹੀ ਅਲਾਊਡ ਕੀਤਾ ਕਿ ਲੋਕਡਾਊਨ ਦੇ ਵਿੱਚ ਤੁਸੀਂ ਐਕਸਰਸਾਈਜ਼ ਕਰ ਸਕਦੇ ਜੇ ਰਨਿੰਗ ਕਰ ਸਕਦੇ ਜੇ ਬਾਈਕ ਰਾਈਡ ਕਰ ਸਕਦੇ ਜੇ ਅਤੇ ਵਾਕ 'ਤੇ ਜਾ ਸਕਦੇ ਜੇ ਅਤੇ ਇਸ ਕਰਕੇ ਹੋਰ ਕੁਛ ਨਹੀਂ ਕਰ ਸਕਦੇ ਸਾਰੇ ਸ਼ੋਪਸ ਵੀ ਬੰਦ ਨੇ ਸੋ ਅੱਜ ਮੈਂ ਡਿਸਾਈਡ ਕੀਤਾ ਕਿ ਲਿਸ ਗੋ ਫੋਰ ਬਾਈਕ ਰਾਈਡ ਬ੍ਰੋ ਅਤੇ ਅੱਜ ਤੁਹਾਨੂੰ ਮੈਂ ਬਾਈਕ ਰਾਈਡ 'ਤੇ ਜਾਣਾ ਤੁਹਾਨੂੰ ਨਿਊਜ਼ੀਲੈਂਡ ਦਾ ਦਿਖਾਉਂਦਾ ਮੈਂ ਖੇਤ ਕਿੱਦਾਂ ਦੇ ਨਿਊਜ਼ੀਲੈਂਡ ਦੇ ਮੇਰੇ ਆਲੇ ਦੁਆਲੇ ਮੇਰੇ ਘਰ ਦੇ ਹਰਿਆਲੀ ਕਿੰਨੀ ਹੈ ਨਿਊਜ਼ੀਲੈਂਡ ਦੇ ਵਿੱਚ ਅਤੇ ਰਾਹ 'ਚ ਇੱਕ ਕੰਪਨੀ ਆਉਣੀ ਆ ਕੀਵੀ ਪੈਕ ਹਾਊਸ ਸੀਕਾ ਦਾ ਸਭ ਤੋਂ ਵੱਡੀ ਕੰਪਨੀ ਹੈ ਜਿਹੜੀ ਵਰਲਡ ਵਾਈਡ ਕੀਵੀ ਦਾ ਆਪਣੇ ਕੀਵੀ ਕਰਦੀ ਆ ਸਪਲਾਈ ਕਰਦੀ ਆ ਵਰਲਡ ਵਾਈਡ ਦੇ ਵਿੱਚ ਉਹ ਵੀ ਦਿਖਾਉਂਦੇ ਆ ਤੁਹਾਨੂੰ ਅਤੇ ਪਲੱਸ ਇੱਕ ਕੰਪਨੀ ਆਉਣੀ ਆ ਕੋਨਵੀਟਾ ਲਾਇਕ ਇੱਦਾਂ ਦਾ ਵਾ ਕੋਈ ਨਾਂ ਹਨੀ ਕੰਪਨੀ ਆ ਉਹ ਵੀ ਵਰਲਡ ਵਾਈਡ ਦੇ ਵਿੱਚ ਹਨੀ ਸਪਲਾਈ ਕਰਦੀ ਆ ਅਤੇ ਬਾਕੀ ਰੋਡ ਸਾਰੇ ਖਾਲੀ ਆ ਕੋਈ ਟ੍ਰੈਫਿਕ ਨਹੀਂ ਹੋਣੀ ਅਤੇ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਅਤੇ ਨਾਲੇ ਮੇਰੀ ਐਕਸਰਸਾਈਜ਼ ਹੋ ਜੂਗੀ ਅੱਜ ਬਾਈਕ ਰਾਈਡ ਕਰਕੇ ਅਤੇ ਪਲੱਸ ਤੁਹਾਡੀ ਨਿਊਜ਼ੀਲੈਂਡ ਦਾ ਤੁਹਾਨੂੰ ਪਤਾ ਲੱਗ ਜੂਗਾ ਕਿੰਨਾ ਹਰਿਆਲੀ ਹੈ ਨਿਊਜ਼ੀਲੈਂਡ ਦੇ ਵਿੱਚ ਅਤੇ ਚਲੋ ਚੱਲਦੇ ਹਾਂ ਲੈਟਸ ਗੋ ਛੋਟਾ ਜਿਹਾ ਟਾਊਨ ਹੈ ਜਿਹਦਾ ਨਾਂ ਹੈਗਾ ਵਾ ਪੈਂਗਾਰੂਆ ਦਾ ਨਾਂ ਵਾ ਮੋਸਟ ਇੱਥੇ ਹੋਣੇ ਆ 50 ਘਰ ਹੋਣੇ ਆ ਛੋਟਾ ਜਿਹਾ ਟਾਊਨ ਮੈਂ ਤੁਹਾਡਾ ਟਾਊਨ ਤੋਂ ਕਰਾਂ ਮੈਂ ਮੈਂ ਟਾਊਨ ਤੋਂ ਥੋੜ੍ਹਾ ਜਿਹਾ ਪਰਾਂ ਰਹਿੰਦਾ ਵਾਂ 2 ਕਿਲੋਮੀਟਰ ਖੇਤਾਂ ਵੱਲ ਨੂੰ ਇਹ ਛੋਟੇ ਟਾਊਨ ਦੇ ਵਿੱਚ 2-4 ਹੀ ਦੁਕਾਨਾਂ ਵਾ ਓਨਲੀ 4-5 ਸ਼ੋਪਸ ਹੈ ਇਨ ਦਿਸ ਲਿਟਲ ਟਾਊਨ ਜਿੱਦਾਂ ਕਿ ਉਹ ਇੱਕ ਗੈਸ ਸਟੇਸ਼ਨ ਵੀ ਇੱਥੇ ਹੈਗਾ ਵਾ ਗਰਲ ਗੈਸ ਸਟੇਸ਼ਨ ਅਤੇ ਇੱਕ ਫਿਸ਼ ਐਂਡ ਚਿਪਸ ਸ਼ੋਪ ਆ ਇੱਕ ਲੀਕਰ ਸ਼ੋਪ ਆ ਇੱਕ ਡੇਅਰੀ ਸ਼ੋਪ ਆ ਅਤੇ ਆ ਇੱਕ ਕਾਫੀ ਓਲਡ ਰੱਥ ਪੁਰਾਣੇ ਜ਼ਮਾਨੇ ਦਾ ਰੱਥ ਘੋੜੇ ਵਾਲਾ ਇੱਥੇ ਖਲਾਰਿਆ
ਤੇ ਆ ਗਿਆ ਹਾਈਵੇ। ਇਹ ਹਾਈਵੇ ਜਾਂਦਾ ਵਾ ਰੋਟੋਰੂਆ ਨੂੰ। ਆਹ ਕੰਪਨੀ ਆ ਕੋਮਵੀਟਾ, ਵਰਲਡ ਵਾਈਡ ਵਿੱਚ ਬਹੁਤ ਮਸ਼ਹੂਰ ਆ, ਸਾਰੇ ਵਰਲਡ 'ਚ ਉਹ ਹੀ ਹਨੀ ਸਪਲਾਈ ਕਰਦੀ ਆ। ਤੁਸੀਂ ਕਦੇ ਵੀ ਹਨੀ ਵੇਖਿਆ ਨਾ, ਮਨਖਾਊ ਹਨੀ ਉਹਦੇ ਉੱਤੇ ਲਿਖਿਆ ਹੋਣਾ ਕੋਮਵੀਟਾ, ਕੋਮਵੀਟਾ ਕੰਪਨੀ ਬਹੁਤ ਵੱਡੀ ਕੰਪਨੀ ਹੈ, ਕਾਫੀ ਇੰਪਲੋਈ ਕੰਮ ਕਰਦੇ ਇੱਥੇ। ਤੁਹਾਨੂੰ ਸਿੱਕਾ ਕੰਪਨੀ ਦੱਸਿਆ ਸੀ ਨਾ, ਆਹ ਸਿੱਕਾ ਕੰਪਨੀ ਦੇ ਖੇਤ ਆ ਜਿਹੜੇ ਕੀਵੀ ਫਾਰਮ, ਉਹਨਾਂ ਕੰਪਨੀ ਦੇ ਆਪਦੇ ਵੀ ਕੀਵੀ ਫਾਰਮ ਹੈਗੇ ਆ ਅਤੇ ਲੋਕਾਂ ਤੋਂ ਵੀ ਖਰੀਦਦੇ ਆ। ਆਹ ਬੋਰਡ ਲੱਗਾ ਰਹਿੰਦਾ ਸਿੱਕਾ, ਜਿਹੜੀਆਂ ਵੱਡੀਆਂ ਵੱਡੀਆਂ ਕੰਧਾਂ ਦੀਆਂ ਰੁੱਖ ਆ, ਇਹਨਾਂ ਨੂੰ ਕਟਿੰਗ ਇੱਦਾਂ ਕੀਤੀ ਹੈ ਕਿ ਜਿੱਦਾਂ ਕੰਧ ਹੁੰਦੀ ਆ। ਅਤੇ ਆਹ ਅੰਦਰ ਕੀਵੀ ਦੇ ਫਾਰਮ ਆ ਅੰਦਰਲੇ ਬੰਨੇ, ਆਪਾਂ ਅੰਦਰ ਜਾ ਨਹੀਂ ਸਕਦੇ ਕਿਉਂਕਿ ਪ੍ਰਾਈਵੇਟ ਪ੍ਰੋਪਰਟੀ ਆ, ਇਸ ਕਰਕੇ ਬਾਹਰ ਹੀ ਰਹੋ। ਆਹ ਕੰਪਨੀ ਦਾ ਬੋਰਡ ਲੱਗਾ ਸਿੱਕਾ, ਉਹਨਾਂ ਦੇ ਖੇਤ ਆ। ਤੁਹਾਨੂੰ ਅੱਗੇ ਜਾ ਕੇ ਦਿਖਾਉਂਦਾ ਕੰਪਨੀ ਵੀ, ਬਹੁਤ ਵੱਡਾ ਬਿਲਡਿੰਗ ਹੈ ਉਹਨਾਂ ਦੀ, ਕਾਫੀ ਇੰਪਲੋਈ ਕੰਮ ਕਰਦੇ ਆ ਹਜ਼ਾਰਾਂ ਦੇ ਤਾਦਾਦ ਦੇ ਨਾਲ। ਇੱਥੇ ਰਾਊਂਡ ਅਬਾਊਟ ਆਉਣਾ, ਆਪਾਂ ਹਾਈਵੇ ਕ੍ਰੋਸ ਕਰਨਾ ਵਾ। ਐਡੀ ਖਤਰਨਾਕ ਗੱਲ ਨਹੀਂ ਅੱਜ ਕੋਈ, ਕਿਉਂਕਿ ਕੋਈ ਟ੍ਰੈਫਿਕ ਨਹੀਂ ਹੈਗੀ ਅੱਜ। ਇਹ ਹਾਈਵੇ ਆ, ਤਿਰੰਗੇ ਤੋਂ ਆਉਂਦਾ ਵਾ, ਰੋਟਰੂਆ ਨੂੰ ਜਾਂਦਾ ਵਾ, ਇੱਕ ਰੋਡ ਫਕਟਾਨੀ ਨੂੰ ਜਾਂਦੀ ਆ। ਆ ਰੋਟੀ ਭੁੱਕਿੰਗ ਚੱਲ ਜਾਂਦੀ ਆ। ਟਰੱਕ ਆ ਗਿਆ, ਅੱਗੇ ਆ ਗਿਆ ਸਿੱਕਾ ਕੰਪਨੀ ਦੀ ਬਿਲਡਿੰਗ, ਕਾਫੀ ਵੱਡੀ ਬਿਲਡਿੰਗ ਆ। ਇਹਦੇ ਅੰਦਰ ਬਹੁਤ ਲੋਕ ਕੰਮ ਕਰਦੇ ਆ ਹਜ਼ਾਰਾਂ ਦੀ ਤਾਦਾਦ ਦੇ ਨਾਲ, ਜਦੋਂ ਪਿਕਿੰਗ ਦਾ ਟਾਈਮ ਆਉਂਦਾ ਨਾ ਬਹੁਤ ਲੋਕ ਕੰਮ ਕਰਦੇ। ਤੁਸੀਂ ਬੋਰਡ ਵੀ ਲੱਗਾ ਵੇਖ ਸਕਦੇ ਸਿੱਕਾ ਸਿੱਕਾ। ਹੁਣ ਤਾਂ ਬੰਦ ਆ, ਦੋ ਚਾਰ ਲੋਕ ਕੰਮ ਕਰਦੇ ਜਿਹੜੇ ਮੇਨ ਅੰਦਰ ਕੰਮ ਚੱਲਦਾ ਵਾ, ਬਾਕੀ ਦੇ ਇੰਪਲੋਈ ਕੋਈ ਵੀ ਨਹੀਂ ਕੰਮ ਕਰਦੇ। ਸਭ ਸ਼ਾਂਤੀ ਹੈ, ਨਹੀਂ ਤਾਂ ਇੱਥੇ ਬਹੁਤ ਲੋਕ ਕੰਮ ਕਰਦੇ, ਕੁਰਬਲ ਹੋਈ ਹੁੰਦੀ ਆ। ਥੋੜ੍ਹੇ ਬਹੁਤੇ ਲੋਕ ਕੰਮ ਕਰਦੇ ਜਿਹੜੇ ਐਸੈਂਸ਼ੀਅਲ ਆ, ਕਿਉਂਕਿ ਬਿਲਕੁਲ ਵੀ ਫੈਕਟਰੀ ਬੰਦ, ਫੈਕਟਰੀ ਕਹਿੰਦੇ ਆ ਕੰਪਨੀ ਬੰਦ ਤਾਂ ਨਹੀਂ ਕਰ ਦੇਣੀ, ਕੁਛ ਐਡੀ ਵੱਡੀ ਕੰਪਨੀ, ਕੁਛ ਤਾਂ ਕੰਮ ਇਹਨਾਂ ਦਾ ਚੱਲਦਾ ਹੋਵੇਗਾ ਅੰਦਰ। ਆ ਜਿਹੜੇ ਨੀਲੇ ਕਲਰ ਦੇ ਬਿੰਨੇ ਆ, ਇਹਦੇ ਵਿੱਚ ਕੀਵੀ ਭਰਦੇ ਆ ਸਾਰੇ, ਇਹ ਗਾਂ ਸਪਲਾਈ ਹੁੰਦੀ ਹੈ ਇੱਦਾਂ। ਆ ਤੁਸੀਂ ਜੇ ਵੇਖ ਸਕਦੇ ਜੇ ਬਿੰਨ ਭਰੇ ਪਏ ਆ ਇਹਦੇ।
आप आ गए मोटरवे के नाल नाल हूँ ये मोटरवे आ तिरंगे तो आता वा तो फाकटानी भी जाता रोटरुआ भी जाता वा तो अज बहुत क्वाइट है इतने काफ़ी वैसे ट्रैफिक होंगी आ सब सुनसान पिया वा मोटरवे तो भी कोई नहीं है सिर्फ जे चलते तो ट्रक ही चलते आ तो बाकी बाइक ट्रैक पर भी कोई नहीं है आज ट्रैक ही सिर्फ साइकिल वास्ते आ बोर्ड भी लगा तुम वेख सकते पर गोरे शायद थोड़ा जहा डरते नहीं है गोरे काफ़ी केयर करते इस करके गोरे कोई भी बाहर नहीं आ कुछ ही आ जोड़े लोग ज़्यादा हेल्थ कॉन्शियस आ उ बहर एक्सरसाइज करते तो ट्रैक भी सारा खाली पिया वा कोई अगे नहीं कोई पिछे नहीं ते मोटरवे भी खाली है मोस्टली ट्रक ही चलते हैं अगे आ गया टोल टोल रोड आए टोल प्लाजा इंडिया जो टोल प्लाजा इंडिया के टोल प्लाजा केंद्र तो साढ़े इतने टोल रोड केंद्र इंडिया जो मैं हूं इंडिया उदों परची सिस्टम ही टोल प्लाजा दे कि परची कटानी पैंती इतने बाहर देश के दे परची नहीं सिस्टम है पता नहीं इंडिया भी हम एडवांस हो गया हो इंडिया भी काफ़ी एडवांस हो गया इंडिया भी इदा सिस्टम हो आ गया हो दिखा वा अगे जा के कैमरे लगे आ टोल टोल रोड आए आ सारे खेत तुम वेख सकते जे खाली पै गावां वा काफ़ी दूर ये गोरे इतने खेतों में कुछ नहीं बीजते अपने अंगू झोना कणक कुछ नहीं ये खुलियां खुली गावां इतने सब खुलियां फिरदियां वा आ खेत जड़े आ ये खुले गावां वास्ते आ इतने गावां चरदियां वा घर नूं जो एक घा एक एक खेत दे विच घा चर लैंदियां फिर दूजे खेत दे विच गावां नूं घल दिंदे आ काफ़ी खुले खेत आ इतने काफ़ी हरियाली आ ते अगे आ गया टोल रोड आ जिहड़ा टोल रोड आ ये कैमरे लगे आ गड्डी जिहड़ी भी इत्थों थल्लों लंघदी आ ते उहदी ये फोटो खिंच लैंदे आ नेम उहदी नंबर प्लेट की ते लैटर घरे आ जांदी आ कि तुसीं टोल रोड थानी लंघे ही ते ढाई डॉलर शायद एक गड्डी दे ढाई डॉलर आ ट्रक दे शायद पाँच डॉलर आ ते मोटरबाइक दे डेढ़ डॉलर आ ते घरे आ जांदे आ लैटर तुहानूं कोई परची पुरची कटाउण दा कोई रौला नहीं आ इंडिया भी शायद काफ़ी एडवांस हो गया हुण जो मैं इंडिया हुंदा हाँ उदों ते परची सिस्टम चलता है हुण शायद इदां दा सिस्टम आ गया होवे कोई रौला नहीं किसे दा प्लाजे पुलाजे उत्ते सिर नहीं पाड़ता इंडिया च लड़ाइयां हुंदियां प्लाजे उत्ते सिर पाड़ता इत्थे कोई नहीं इदां दा आराम नाल गड्डी नाल वेखो गड्डी ने थल्लों लंघना वो घर उन्होंने लैटर आ जानी एक दूजा सिस्टम है वा कि इन्हों की वैबसाइट पर जाके ना टोल रोड की वैबसाइट पर जाके टोल रोड की वैबसाइट पर जाके तो अपना अकाउंट नंबर उसे सैटअप कर दो तो ये जो ताकि गड्डी लंघती है उस वेले उदन ही ताे अकाउंट चो पैसे ढाई डॉलर कटे जाते हैं तो कोई झंझट नहीं आ सह तुम मैं कमेंट करके दस्यो प्लीज़ इंडिया भी इदा सिस्टम आ गया जड़े कोई टिकट नहीं कट्टनी पैंदी उत्थे कोई लड़ाई नहीं हुंदी सिर्फ कैमरे लगे होने चाहिए इंडिया भी मैं कमेंट करके जरूर दस्यो जे इदां दा कोई सिस्टम आ गया उत्थे जो मैं हुंना उदों ते परची वाला सिस्टम चलता है हो सुनसान कोई चिड़ी भी नहीं पर मारदी पर दिन बहुत चढ़िया वधिया चढ़िया एन सूरज सिर ते आ हवा भी थोड़ी थोड़ी वगदी है इन्नी गर्मी भी नहीं आ ते ठंड भी नहीं आ अपने पंजाब च भी इन्नी हरियाली हैगी कोई फर्क नहीं लगता इदा ही है साढ़े भी उत्थे इदा ही पिंड न्यूजीलैंड दे विच इक्को केस आया तो लैवल फोर कट्ठे करता लॉकडाउन सब कुछ बंद
ਚਲੋ ਜੋ ਵੀ ਆ ਗੌਰਮੈਂਟ ਨੂੰ ਲੱਗਦਾ ਹੋਊਗਾ ਕਿ ਜੋ ਵੀ ਵਧੀਆ ਲੱਗਦਾ ਉਹਨੂੰ, ਪਰ ਸਭ ਕੁਛ ਕੰਟਰੋਲ ਸਭ ਕੁਛ ਬੰਦ ਕਰਤਾ ਵਾ। ਕਾਫੀ ਲੋਕ ਪਰੇਸ਼ਾਨ ਵੀ ਆ ਬਟ ਕਾਫੀ ਲੋਕ ਖੁਸ਼ ਵੀ ਆ। ਜਿੱਦਾਂ ਹੁਣ ਮੈਂ ਕੰਮ 'ਤੇ ਨਹੀਂ ਜਾਂਦਾ, ਮੈਨੂੰ ਕੰਮ ਤੋਂ ਛੁੱਟੀਆਂ ਵਾ ਜਦੋਂ ਚਿਰ ਲੋਕਡਾਊਨ ਲੱਗਾ, ਅਤੇ ਆਪਾਂ ਨੂੰ ਕੋਈ ਟੈਨਸ਼ਨ ਤਾਂ ਨਹੀਂ ਆ, ਆਪਣੀ ਪੇ ਆ ਜਾਣੀ ਆਪਣੀ ਹਰ ਵੀਕ। ਪਰ ਇੰਡੀਆ ਥੋੜ੍ਹਾ ਜਿਹਾ ਹੋਰ ਸਿਸਟਮ ਆ। ਇੰਡੀਆ 'ਚ ਗੌਰਮੈਂਟ ਪੇ ਕਰੇ ਅਤੇ ਕੋਈ ਵੀ ਨਾ ਰੋਵੇ, ਪਰ ਉੱਥੇ ਪੇ ਵੀ ਨਹੀਂ ਕਰ ਸਕਦੀ ਇੰਡੀਆ ਗੌਰਮੈਂਟ ਜਿਹੜੀ ਆ ਯਾਰ, ਬਹੁਤ ਪਾਪੂਲੇਸ਼ਨ ਆ, ਕਿਹਨੂੰ ਕਿਹਨੂੰ ਪੇ ਕਰੂਗੀ। ਬਿਮਾਰੀ ਨਾ ਹੀ ਆਵੇ, ਰੱਬ ਕਰਕੇ ਚੱਲ ਜੇ ਸਰ ਸਹੀ ਹੋ ਜੇ, ਸਭ ਕੁਝ ਖੁੱਲ੍ਹ ਜੇ। ਲੋਕਾਂ ਦੀ ਰੋਜ਼ੀ ਰੋਟੀ ਬੰਦ ਹੋਈ ਆ, ਜਿਹੜੇ ਮੇਰੇ ਵੀਰ ਛੋਟੇ ਕਾਰੋਬਾਰ ਕਰਦੇ ਆ, ਜਿੰਨਾ ਰੋਜ਼ ਕਮਾ ਕੇ ਖਾਣਾ ਉਹਨਾਂ ਵਾਸਤੇ ਥੋੜ੍ਹਾ ਜਿਹਾ ਔਖਾ ਵਾ। ਰੱਬ ਕਰੇ ਸਭ ਕੁਝ ਸਹੀ ਹੋ ਜੇ। ਇੱਕ ਜਣਾ ਆ ਰਿਹਾ ਬਾਈਕ 'ਤੇ, ਉਹ ਜੇ ਤੁਹਾਨੂੰ ਦਿੰਦਾ ਹੋਵੇ, ਕਾਫੀ ਦੂਰ ਆ। ਉਦੋਂ ਦਾ ਮੈਨੂੰ ਇੱਕੋ ਜਣਾ ਮਿਲਿਆ, ਕਾਫੀ ਹੈਲਥ ਕੌਨਸ਼ੀਅਸ ਲੱਗਦਾ ਹੋਣਾ ਇਹ ਵੀ ਘਰ ਬੈਠਾ ਬੋਰ ਹੋ ਗਿਆ ਨਾ। ਵੇਂਦੇ ਆ ਕੌਣ ਹੈ, ਮੋਸਟਲੀ ਬੁੱਢੇ ਲੋਕ ਹੁੰਦੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਨਾ, ਉਹ ਐਕਸਰਸਾਈਜ਼ ਕਰਦੇ ਆ ਬਾਹਰਲੇ ਦੇਸ਼ਾਂ ਜ਼ਿਆਦਾ। ਮੋਸਟਲੀ ਮੈਂ ਵੇਖਿਆ ਸਾਈਕਲਿੰਗ ਰਨਿੰਗ ਜਿਹੜੇ ਮਿਡਲ ਏਜ ਦੇ ਵਿੱਚ ਉਹ ਲੋਕ ਕਰਦੇ ਆ ਐਕਸਰਸਾਈਜ਼, ਅਤੇ ਜਿਹੜੇ ਯੰਗ ਆ ਉਹ ਵੀ ਕਰਦੇ ਆ, ਬਟ ਉਹ ਮੋਸਟਲੀ ਜਿਮ ਜੁੰਮ 'ਚ ਜਾਂਦੇ ਆ ਜਾਂ ਪਹਾੜ ਪਹੂੜ 'ਤੇ ਰਨਿੰਗ ਕਰਦੇ ਆ। ਪਰ ਜਿਹੜੇ ਸੜਕਾਂ 'ਤੇ ਬਾਈਕਿੰਗ ਸੜਕਾਂ 'ਤੇ ਰਨਿੰਗ ਹੁੰਦੀ ਆ, ਉਹ ਮੋਸਟਲੀ ਮਿਡਲ ਏਜ ਵਾਲੇ ਕਰਦੇ ਆ। ਆ ਵੇਖ, ਮੈਨੂੰ ਲੱਗਦਾ ਮਿਡਲ ਏਜ ਹੀ ਆ, ਬੁੱਢਾ ਹੀ ਲੱਗਦਾ ਵਾ। ਹੈ ਬੜਾ ਇੱਥੋਂ ਆਪਾਂ ਕਰੀਏ ਐਂਡ, ਮੁੜੀਏ ਆਪਾਂ। ਮੈਂ ਕਾਫੀ ਦੂਰ ਆ ਗਿਆ, ਘੱਟੋ ਘੱਟ 8 ਕਿਲੋਮੀਟਰ ਆ ਗਿਆ ਦੂਰ, 8-10 ਕਿਲੋਮੀਟਰ ਘਰੋਂ। ਵੀਡੀਓ 'ਚ ਸ਼ਾਇਦ ਤੁਹਾਨੂੰ ਨਹੀਂ ਪਤਾ ਲੱਗਾ, ਪਰ 8-9 ਕਿਲੋਮੀਟਰ ਹੋ ਗਿਆ ਇੱਥੋਂ ਵਾਪਸ ਚੱਲੀਏ। ਲੱਤਾਂ ਪੀੜਨ ਲੱਗ ਪਈਆਂ ਯਾਰ, ਪਿਆਸ ਲੱਗ ਗਈ। ਥੋੜ੍ਹਾ ਚਿਰ ਰੈਸਟ ਕਰੀਏ, ਮੈਂ ਪਾਣੀ ਪੂਣੀ ਪੀਏ, ਉਹ ਉੱਥੇ ਜਾ ਕੇ ਖਲੋਨਾ ਵਾਂ। ਕਾਫੀ ਗ੍ਰੀਨ ਜਿਹਾ ਘਾਹ ਵਾ ਉੱਥੇ। ਬਹੁਤ ਵਧੀਆ ਦਿਨ ਚੜ੍ਹਿਆ ਯਾਰ, ਜੀ ਨਹੀਂ ਕਰਦਾ ਘਰ ਜਾਣ ਨੂੰ, ਜੀ ਕਰਦਾ ਇੱਥੇ ਲੰਮੇ ਪੈ ਜਾ। ਧੁੱਪ ਚੜ੍ਹੀ ਆ, ਉੱਤੋਂ ਸਿਆਲ ਦੇ ਦਿਨ ਆ, ਕਾਫੀ ਸ਼ਾਂਤੀ ਆ। ਲੋਕਡਾਊਨ ਦੇ ਵਿੱਚ ਕਾਫੀ ਸ਼ਾਂਤੀ ਵਾਲੇ ਜਿਹੜਾ ਐਟਮੋਸਫੇਅਰ ਆ, ਵਾਤਾਵਰਨ, ਉਹ ਵੀ ਸਾਫ਼ ਹੋ ਜਾਂਦਾ। ਜੇ ਮੈਂ ਘਰ ਗਿਆ, ਘਰ ਵੀ ਜਾ ਕੇ ਬੈਡ 'ਤੇ ਲੰਮੇ ਪੈ ਕੇ ਵੀਡੀਓ ਵੇਖੀ ਜਾਣੀ ਫੋਨ ਦੇ ਵਿੱਚ, ਇਹ ਤੋਂ ਚੰਗਾ ਇੱਥੇ 10 ਮਿੰਟ ਸਪੈਂਡ ਕਰ ਲਈਏ। ਮਸਾਂ ਮਸਾਂ ਮੈਨੂੰ ਲੱਗਦਾ ਸੀ ਫਲਾਈਟਾਂ ਖੁੱਲ੍ਹਣ ਲੱਗੀਆਂ ਸੀ ਨਿਊਜ਼ੀਲੈਂਡ ਦੀਆਂ, ਫਿਰ ਕਰੋਨਾ ਆ ਗਿਆ, ਫਿਰ ਸਭ ਕੁਛ ਬੰਦ ਹੋ ਗਿਆ। ਕਈ ਮੇਰੇ ਵੀਰ ਭਰਾ ਇੰਡੀਆ ਜਾਣ ਤੋਂ ਬੈਠੇ ਆ, ਮੈਂ ਵੀ ਜਾਣਾ ਸੀ। ਚਲੋ ਜਦੋਂ ਟਾਈਮ ਲੱਗਾ, ਜਦੋਂ ਕਿਸਮਤ ਹੋਈ। ਜਿਹੜੇ ਵੀ ਰੋਡ 'ਤੇ ਗੱਡੀਆਂ ਜਾਂਦੀਆਂ ਨਾ ਟਰੱਕ, ਇਹ ਸਾਰੇ ਵਿਚਾਰੇ ਨਹੀਂ ਕਰਨਾ ਚਾਹੀਦਾ, ਸਾਰੇ ਐਸੈਂਸ਼ੀਅਲ ਵਰਕਰ ਆ, ਇਹ ਕੰਮ 'ਤੇ ਜਾਂਦੇ ਆ।
ਇਹ ਮੇਰੇ ਵੱਲ ਵੇਖਣਦੇ ਆ ਸਾਰੇ, ਕਹਿੰਦੇ ਨੇ ਲੈ ਇਹਨੂੰ ਕਿੱਡੇ ਨਜ਼ਾਰੇ ਵੱਜੇ ਆ ਲੋਕਡਾਊਨ ਦੇ, ਅਸੀਂ ਕੰਮ 'ਤੇ ਹਾਂ। ਕੋਈ ਨਹੀਂ ਵੀਰ, ਮੈਂ ਵੀ ਲਾਸਟ ਪਿਛਲੇ ਸਾਲ ਮੈਂ ਵੀ ਕੰਮ ਕੀਤਾ। ਚੱਲੀਏ ਫਿਰ ਹੁਣ। ਭੁੱਖ ਲੱਗ ਗਈ ਯਾਰ, ਤਾਂ ਕੀ ਜੀ ਖਾਦਾ ਖਾਣ ਨੂੰ। ਪਰੌਂਠੇ ਹੋਣ ਅਤੇ ਅੰਬ ਦਾ ਅਚਾਰ ਹੋਵੇ ਅਤੇ ਦਹੀਂ ਹੋਵੇ ਨਾਲ, ਗੋਭੀ ਵਾਲੇ ਪਰੌਂਠੇ ਹੋਣ, ਪਰ ਨਹੀਂ ਮਿਲਣੇ ਗ੍ਰੇਨ ਸਿੰਘ, ਆਪੇ ਬਣਾਉਣਾ ਬਣਾ ਕੁਛ ਨਾ ਕੁਛ। ਨਾਲ ਦੀ ਗਈ ਕੰਮ 'ਤੇ, ਉਹ ਲੋਕਡਾਊਨ 'ਚ ਵੀ ਕੰਮ ਕਰਦੀ ਆ, ਮੈਨੂੰ ਛੁੱਟੀਆਂ ਵਾ ਇਸ ਕਰਕੇ ਆਪੇ ਹੀ ਬਣਾਉਣਾ ਪੈਂਦਾ ਖਾਣ ਲਈ। ਸੋ ਇਹ ਛੋਟੀ ਜਿਹੀ ਵੀਡੀਓ, ਆਈ ਹੋਪ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ। ਤੁਹਾਡੇ ਵਾਸਤੇ ਛੋਟੀ ਜਿਹੀ ਵੀਡੀਓ ਹੈ, ਮੇਰੇ ਵਾਸਤੇ ਡੇਢ ਦੋ ਘੰਟੇ ਦੀ ਆ ਬਾਈਕ ਰਾਈਡ ਹੋ ਗਈ ਆ, 7-8 ਕਿਲੋਮੀਟਰ, ਲੱਤਾਂ ਦੀ ਐਕਸਰਸਾਈਜ਼ ਵਧੀਆ ਹੋ ਗਈ। ਅਤੇ ਲੋਕਡਾਊਨ ਹੈਗਾ ਵਾ ਕੱਲ੍ਹ ਤੱਕ, ਪਹਿਲੋਂ ਹੈਗਾ ਸੀ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਫਿਰ ਇਹਨਾਂ ਵਧਾ ਕੇ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ ਕਰਤਾ, ਹੁਣ ਕੱਲ੍ਹ ਮੰਗਲਵਾਰ ਆ, ਹੁਣ ਕੱਲ੍ਹ ਵੇਖੋ ਕੀ ਅਨਾਊਂਸਮੈਂਟ ਕਰਦੇ ਆ। ਮੈਨੂੰ ਲੱਗਦਾ ਕਿ ਮੰਗਲਵਾਰ 'ਤੇ ਮੈਂ ਫਿਰ ਸੰਡੇ ਤੱਕ ਕਰ ਦੇਣਾ ਮੰਡੇ ਤੱਕ, ਕਿਉਂਕਿ ਕੇਸ ਘਟਣ ਨਹੀਂ ਦੇ, ਅਜੇ ਵਧੀ ਜਾਂਦੇ ਆ। ਕੱਲ੍ਹ ਮੈਨੂੰ ਲੱਗਦਾ 51 ਸੀ, ਅੱਜ ਪਤਾ ਨਹੀਂ ਕੀ ਰਿਪੋਰਟ ਆਈ ਆ। ਅਤੇ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਪਲੀਜ਼ ਸ਼ੇਅਰ ਮਾਈ ਵੀਡੀਓ, ਲਾਈਕ ਮਾਈ ਚੈਨਲ, ਲਾਈਕ ਮਾਈ ਵੀਡੀਓ ਐਂਡ ਸਬਸਕ੍ਰਾਈਬ ਮਾਈ ਚੈਨਲ। ਅਤੇ ਹੋਰ ਕੀ ਗੱਲ ਕਰਾਂ ਤੁਹਾਡੇ ਨਾਲ, ਥਕਾਵਟ ਹੋ ਗਈ ਆ। ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਵਿੱਚ, ਜੇ ਲੋਕਡਾਊਨ ਵੱਧ ਗਿਆ ਤਾਂ ਫਿਰ ਤਾਂ ਵੀਡੀਓ ਕਿਤੇ ਵੀ ਨਹੀਂ ਜਾ ਸਕਦਾ ਮੈਂ, ਵੇਖੂੰਗਾ ਕੋਈ ਹੋਰ ਵੀਡੀਓ ਬਣਾਉ, ਨਹੀਂ ਤਾਂ ਫਿਰ 1-2 ਵੀਕ ਰੈਸਟ ਕਰਾਂਗੇ। ਚਲੋ ਮਿਲਦੇ ਹਾਂ ਨੈਕਸਟ ਵੀਕ ਤੱਕ, ਸਤਿ ਸ਼੍ਰੀ ਅਕਾਲ।